ਲੋਕ ਸਭਾ ਹਲਕਾ ਸੰਗਰੂਰ ਤੋਂ ਹਰ ਇੱਕ ਪਾਰਟੀ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟੇ ਨੇ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਅੱਜ ਆਪਣਾ ਪ੍ਰਚਾਰ ਕਰਨ ਦੇ ਲਈ ਬਾਹਰ ਐਸੋਸੀਏਸ਼ਨ ਸੰਗਰੂਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਕੇਂਦਰ ਦੇ ਵਿੱਚ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨ ਜਾ ਰਹੇ ਹਨ। ਸੰਗਰੂਰ ਵਾਸੀਆਂ ਨੂੰ ਚਾਹੀਦਾ ਕਿ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਵਿਰੋਧ ਕਰ ਰਹੇ ਹਨ ਉਹ ਕਿਸਾਨੀ ਨਹੀਂ ਜਥੇਬੰਦੀਆਂ ਹਨ ਅਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਬੈਠ ਕੇ ਵੀ ਹੱਲ ਹੋ ਸਕਦਾ। ਉੱਥੇ ਹੀ ਬਾਰ ਐਸੋਸੀਏਸ਼ਨ ਵਕੀਲ ਭਾਈਚਾਰੇ ਨੇ ਅਰਵਿੰਦ ਖੰਨਾ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਊਗੀ। ਬਾਰ ਐਸੋਸੀਏਸ਼ਨ ਮੇਰਾ ਪਰਿਵਾਰ ਹੈ, ਇਹਨਾਂ ਦੇ ਨਾਲ ਮੈਂ ਪਿਛਲੇ 25 ਸਾਲ ਇਸ ਬਾਰ ਦੇ ਵਿੱਚ ਮੈਂ ਆ ਰਿਹਾ ਅਤੇ ਬਹੁਤ ਪਿਆਰ ਮਿਲਿਆ। ਹੁਣ ਦੇਖਦੇ ਹਾਂ ਕੀ ਫੈਸਲਾ ਲੈਂਦੇ, ਪਰ ਮੈਨੂੰ ਜੋ ਲੱਗਦਾ, ਮੈਂ ਤਾਂ ਇਹਨਾਂ ਨੂੰ ਇਹੀ ਕਿਹਾ ਕਿ ਮੈਂ ਤੁਹਾਡਾ ਵਕੀਲ ਮੈਂ ਤੁਹਾਡਾ ਵਕੀਲ ਬਣਨਾ ਚਾਹੁੰਦਾ ਔਰ ਦਿੱਲੀ ਜਾ ਕੇ ਤੁਹਾਡੀ ਗੱਲਾਂ ਉੱਥੇ ਰੱਖਣਾ ਚਾਹੁੰਦਾ। ਤਾਂ ਦੇਖਦੇ ਹੁਣ ਮੇਰੀ ਐਪਲੀਕੇਸ਼ਨ ਮੈਂ ਪਾ ਦਿੱਤੀ ਹੈ, ਹੁਣ 1 ਤਾਰੀਖ ਨੂੰ ਇਹ ਕੀ ਫੈਸਲਾ ਲੈਂਦੇ ਹਾਂ। ਸਾਡੇ ਵੱਲ ਤਾਂ ਸ਼ੋਰ ਹੈ ਜੀ ਤੁਹਾਡੀ ਜਿੱਤ। ਦੇਖੋ ਜੋ ਮੰਗਾਂ ਰੱਖੀਏ, ਜੋ ਚੇਂਬਰਸ ਦੀ ਗੱਲ ਹੈ ਔਰ ਜੋ ਇੱਥੇ ਡਿਵੈਲਪਮੈਂਟ ਦੀ ਗੱਲ ਹੈ ਆਪਣੇ ਅਦਾਲਤ ਦੇ ਇਹਨਾਂ ਦੇ ਵਕੀਲਾਂ ਦੀ, ਉਹ ਤਾਂ ਬਿਲਕੁਲ ਸਿਰੇ ਚੜ੍ਹਨੀ ਚਾਹੀਦੀ ਹੈ ਔਰ ਇਹਦੇ ਲਈ ਮੈਂ ਗੱਲ ਕਰਾਂਗਾ। ਜੋ ਦੂਜਾ ਇੱਕ ਮੁੱਦਾ ਸੀਗਾ ਉਹ ਜੋ ਸਾਡੇ ਜੋ ਬੱਚੇ ਆ ਜੋ ਆਪਣੀ ਸ਼ੁਰੂਆਤ ਕਰੀਅਰ ਦੇ ਵਿੱਚ ਉਹਨਾਂ ਨੂੰ ਕੋਈ ਸਟਾਈਪੈਂਡ ਦਾ ਮਿਲਣਾ ਚਾਹੀਦਾ, ਉਹ ਵੀ ਮੇਰੇ ਖਿਆਲ ਮੈਂ ਮੈਰਿਟ ਦੀ ਗੱਲ ਹੈ, ਉਹਦੇ ਉੱਤੇ ਵੀ ਗੌਰ ਕਰਨਾ ਚਾਹੀਦਾ ਸਾਨੂੰ। ਮੈਂ ਚੈੱਕ ਕਰਾਂਗਾ ਦਿੱਲੀ ਕਿ ਇਹਦੇ ਬਾਰੇ ਕੀ ਹੋ ਸਕਦਾ। ਉਮੀਦ ਸੰਸਥਾ ਦਾ ਤਾਂ ਸੇਵਾ ਜਦ ਮਰਜ਼ੀ ਹਾਜ਼ਰ ਹੈ, ਜਦ ਮਰਜ਼ੀ ਕੈਂਪ ਲਗਾਉਣਾ ਉਹ ਤਾਂ ਕੋਈ ਦੋ ਰਾਏ ਨਹੀਂ ਹੈ। ਇਹਨਾਂ ਨੇ ਕਿਹਾ ਸੀ ਕਿ ਟੋਲ ਪਲਾਜ਼ਾ ਦੀ ਗੱਲ, ਮੈਂ ਕਿਹਾ ਹਰੇ ਝੰਡੇ ਲਾ ਦਿਓ, ਵੈਸੇ ਤੁਹਾਨੂੰ ਨਿਕਾਲ ਦਾਂਗੇ, ਕੀ ਇੱਡੀ ਵੱਡੀ ਗੱਲ ਹੈ, ਉਹਦੇ ਵਿੱਚ ਕਾਨੂੰਨ ਬਣਾਉਣ ਦੀ ਤਾਂ ਲੋੜ ਹੀ ਨਹੀਂ ਹੈ। ਬਹੁਤ ਬਹੁਤ ਪਿਆਰ ਮਿਲ ਰਿਹਾ, ਬਹੁਤ ਪਿਆਰ ਮਿਲ ਰਿਹਾ ਲੋਕਾਂ। ਮੋਦੀ ਸਾਹਿਬ ਦੀ ਜੋ ਨੀਤੀਆਂ ਹਨ ਖਾਸ ਕਰਕੇ ਗਰੀਬਾਂ ਵਾਸਤੇ, ਉਹ ਲੋਕ ਯਾਦ ਕਰਦੇ ਹੈ ਸ਼ਹਿਰਾਂ ਦੇ ਵਿੱਚ ਵੀ। ਮੈਂ ਚਲੋ ਆਪਣੀ ਧਾਰਮਿਕ ਗੱਲਾਂ ਨਹੀਂ ਕਰਨਾ ਚਾਹੁੰਦਾ, ਪਰ ਸ਼ਹਿਰਾਂ ਦੇ ਵਿੱਚ ਵੀ ਮੋਦੀ ਸਾਹਿਬ ਕੰਨੀ ਬਹੁਤ ਪਿਆਰ ਹੈ, ਬਹੁਤ ਉਤਸ਼ਾਹ। ਕਿਸਾਨ ਨਹੀਂ ਹੈ, ਇਹ 2-4 ਟੋਲੀ ਬਣੀ ਵੀ ਹੈ ਜੋ ਭਗਵੰਤ ਮਾਨ ਸਾਹਿਬ ਨੇ ਹਰੇਕ ਬੀਜੇਪੀ ਦੇ ਮੈਂਬਰ ਦੇ ਖਿਲਾਫ ਉਹਨਾਂ ਨੂੰ ਲਾਏ ਵੀ ਹੈ, ਅਤੇ ਇਹ ਕੋਈ ਕਿਸਾਨ ਨਹੀਂ ਹੈ, ਇਹ ਤਾਂ ਜਥੇਬੰਦੀਆਂ ਹਨ, ਇਹਦਾ ਕੋਈ ਗੱਲ ਨਹੀਂ ਹੈ। ਨਹੀਂ, ਅਰਵਿੰਦ ਖੰਨਾ ਜੀ ਸਾਡੇ ਬਾਰ ਦੇ ਵਿੱਚ ਆਏ ਨੇ, ਆਪਣੀ ਉਹਨਾਂ ਨੇ ਗੱਲ ਰੱਖੀ ਹੈ ਅਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਵਕੀਲ ਸਾਹਿਬਾਨ ਨੇ ਉਹਨਾਂ ਦਾ ਲਗਭਗ ਸਾਰੇ ਹੀ ਜਿੰਨੇ ਵੀ ਕਲਾਸ ਹੈ ਉਹਨਾਂ ਨਾਲ ਹਮੇਸ਼ਾ ਰਾਬਤਾ ਰਹਿੰਦਾ, ਕਿਉਂਕਿ ਸਾਡੇ ਕੋਲ ਕਲਾਇੰਟਸ ਹਰ ਤਰ੍ਹਾਂ ਦਾ ਕਲਾਇੰਟਸ ਆਉਂਦਾ ਅਤੇ ਉਹ ਤਾਂ ਗੱਲ ਹੈ ਜਿਹੜੀ ਗੱਲ ਸਾਡੇ ਕੋਲ ਕੈਂਡੀਡੇਟਸ ਕਰਕੇ ਜਾਂਦੇ ਨੇ, ਅਸੀਂ ਉਹ ਗੱਲ ਅੱਗੇ ਆਪਣੇ ਕਲਾਇੰਟਸ ਨੂੰ ਦੱਸਦੇ ਹਾਂ। ਕਲਾਇੰਟਸ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੋਂ ਦੇ ਵੀ ਹੁੰਦੇ ਨੇ ਉੱਥੇ ਉਹ ਆਪਣੀ ਗੱਲ ਰੱਖਦੇ ਨੇ, ਤਾਂ ਇੱਥੋਂ ਮੈਨੂੰ ਲੱਗਦਾ ਕਿ ਜੋ ਵੀ ਇੱਥੇ ਕੈਂਡੀਡੇਟ ਆ ਕੇ ਆਪਣੇ ਵਿਚਾਰ ਦੱਸਦਾ ਅਸੀਂ ਫਰਦਰ ਉਹਨਾਂ ਨੂੰ ਅੱਗੇ ਇਨਾਸ ਕਰ ਦਿੰਦੇ ਹਾਂ। ਸਰ ਕੁਝ ਮੰਗਾਂ ਵੀ ਰੱਖੀਆਂ? ਹਾਂਜੀ ਹਾਂਜੀ, ਅਸੀਂ ਨੇ ਬਾਹਰ ਦੇ ਵਿੱਚ ਸਾਡੀਆਂ ਵੀ ਕਾਫੀ ਮੰਗਾਂ ਨੇ, ਕੁਛ ਮੰਗਾਂ ਪਹਿਲਾਂ ਸਾਡੀਆਂ ਪੂਰੀਆਂ ਵੀ ਹੋਈਆਂ ਨੇ, ਐਸੀ ਗੱਲ ਨਹੀਂ ਹੈ। ਜਿੰਨੇ ਜੋ ਵੀ ਕੈਂਡੀਡੇਟ ਸਾਡੇ ਕੋਲ ਆ ਰਹੇ ਨੇ ਅਸੀਂ ਆਪਣੀਆਂ ਮੰਗਾਂ ਉਹਨਾਂ ਵਾਸਤੇ ਰੱਖ ਰਹੇ ਹਾਂ, ਜਿਵੇਂ ਕਿ ਸਾਡੀ ਆਪਦੀ ਜਿੱਥੇ ਅਸੀਂ ਅੱਜ ਆਪਾਂ ਇੱਥੇ ਮੌਜੂਦ ਹਾਂ, ਖੜ੍ਹੇ ਹਾਂ, ਇਹ ਸਾਡਾ ਬਾਹਰ ਰੂਮ ਹੈ, ਲੇਕਿਨ ਇਹ ਬਾਹਰ ਰੂਮ ਸਾਨੂੰ ਜੁਡੀਸ਼ਰੀ ਵੱਲੋਂ ਆਪਣੇ ਕੰਪਲੈਕਸ ਦੇ ਵਿੱਚ ਦਿੱਤਾ ਹੋਇਆ,
ਬਲਕਿ ਜਿਹੜਾ ਬਾਹਰ ਰੂਮ ਹੈ ਇਹ ਸਰਕਾਰ ਨੇ ਸਾਨੂੰ ਬਣਾ ਕੇ ਖੁਦ ਦੇਣਾ ਹੁੰਦਾ, ਉਸ ਲਈ ਸਾਨੂੰ ਜਗ੍ਹਾ ਵੀ ਨਹੀਂ ਹੈ। ਅਸੀਂ ਜਗ੍ਹਾ ਵੀ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਜਗ੍ਹਾ ਦੇ ਕੇ ਸਾਡਾ ਵਧੀਆ ਇੱਕ ਬਾਹਰ ਰੂਮ ਹੈ, ਐਟਲੀਸਟ 2000 ਵਕੀਲ ਸਾਹਿਬਾਨਾਂ ਦੇ ਬੈਠਣ ਲਈ ਪ੍ਰੋਪਰ ਜਗ੍ਹਾ ਹੋਵੇ। ਤੁਸੀਂ ਅੱਜ ਦੇਖਿਆ ਵੀ ਹੋਊਗਾ ਕਿ ਬਹੁਤ ਵਕੀਲ ਸਾਹਿਬਾਨ ਪਿੱਛੇ ਵੀ ਖੜ੍ਹੇ ਸੀ ਕਿਉਂਕਿ ਕੰਜੈਸਟਡ ਹੈ। ਸੋ ਮੈਂ ਜਿੰਨੇ ਵੀ ਸਾਡੇ ਇੱਥੇ ਕੈਂਡੀਡੇਟ ਹੁਣ ਸਾਰੀਆਂ ਪਾਰਟੀਆਂ ਦੇ ਆ ਰਹੇ ਨੇ, ਉਹਨਾਂ ਨੂੰ ਮੈਂ ਕਹਿ ਵੀ ਰਿਹਾ ਅਤੇ ਰਿਕੁਐਸਟ ਵੀ ਕਰਦਾ ਉਹਨਾਂ ਨੂੰ ਪੁਰਜ਼ੋਰ ਕਿ ਜੀ ਸਾਡਾ ਛੇਤੀ ਜਲਦੀ ਤੋਂ ਜਲਦੀ ਜਿਹੜਾ ਇਹ ਬਾਹਰ ਰੂਮ ਦਾ ਹੈ ਅਤੇ ਬਾਕੀ ਜੋ ਸਾਡੇ ਚੈਂਬਰਸ ਨੇ ਨਵੇਂ ਵਕੀਲ ਸਾਹਿਬਾਨ, ਹਰ ਸਾਲ ਸਾਡੇ ਇੱਥੇ ਤਕਰੀਬਨ 100 ਵਕੀਲ ਸਾਹਿਬਾਨ ਨਵੇਂ ਆ ਜਾਂਦੇ ਨੇ, ਅਤੇ ਉਹਨਾਂ ਲਈ ਬੈਠ ਕੇ ਵਕਾਲਤ ਕਰਨ ਲਈ ਜਗ੍ਹਾ ਵੀ ਨਹੀਂ ਹੈ। ਸੋ ਜਗ੍ਹਾ ਦੀ ਵੀ ਅਸੀਂ ਡਿਮਾਂਡ ਜਿੰਨੇ ਵੀ ਇੱਥੇ ਕੈਂਡੀਡੇਟਸ ਆ ਰਹੇ ਨੇ ਉਹ ਰੱਖਦੇ ਹਾਂ। ਅੱਜ ਖੰਨਾ ਸਾਹਿਬ ਆਏ ਸੀ, ਉਹਨਾਂ ਨੂੰ ਵੀ ਅਸੀਂ ਨੇ ਇਹ ਡਿਮਾਂਡ ਰੱਖੀ ਹੈ। ਜਿੱਥੇ ਤੱਕ ਟੋਲ ਪਲਾਜ਼ੇ ਵਾਲੀ ਗੱਲ ਵੀ ਸੀ, ਵੈਸੇ ਖੰਨਾ ਸਾਹਿਬ ਨੇ ਉਸ ਨੂੰ ਚਲੋ ਲਾਈਟਲੀ ਮੂਡ ਦੇ ਵਿੱਚ ਲਿਆ, ਕਿਉਂਕਿ ਅਸੀਂ ਇਹ ਜਿਹੜੀ ਮੁੱਦਾ ਹੈ, ਇਹ ਮੁੱਦਾ ਅਸੀਂ ਸਾਡੀ ਪੰਜਾਬ ਲੈਵਲ ਦੀ ਜੋ ਮੀਟਿੰਗ ਹੈ ਬਾਹਰ ਦੇ ਪ੍ਰਧਾਨਾਂ ਦੀ, ਸੈਕਟਰੀ ਸਾਹਿਬਾਨਾਂ ਦੀ, ਉਹਨਾਂ ਦੇ ਵਿੱਚ ਵੀ ਇਹ ਮੁੱਦਾ ਉੱਛਲਿਆ ਸੀ ਕਿ ਜੀ ਦੇਖੋ ਸਾਨੂੰ ਹਰ ਕਿਤੇ ਵਕਾਲਤ ਕਰਨ ਲਈ ਜਾਣਾ ਪੈਂਦਾ। ਜਿਵੇਂ ਫਾਰ ਐਗਜ਼ਾਮਪਲ ਅਸੀਂ ਦਮਝਟੇ ਤੋਂ, ਸੰਗਰੂਰ ਤੋਂ ਬਹੁਤ ਵਕੀਲ ਸਾਹਿਬ ਨੇ ਪਟਿਆਲਾ ਜਾਂਦੇ ਨੇ, ਪਹਿਲਾਂ ਧੂਰੀ ਵਾਲਾ ਸੀ ਟੋਲ ਪਲਾਜ਼ਾ, ਉਹ ਬੜਾ ਪ੍ਰੋਬਲਮ ਸੀ ਸਾਨੂੰ ਕਿਉਂਕਿ ਧੂਰੀ ਅਸੀਂ ਪ੍ਰੈਕਟਿਸ ਕਰਨ ਲਈ ਜਾਂਦੇ ਹਾਂ। ਤਾਂ ਐਟਲੀਸਟ ਇਹ ਹੈ ਕਿ ਜਿੰਨੇ ਵਕੀਲ ਸਾਹਿਬਾਨ ਨੇ ਆਪਣੇ ਡਿਊਰਿੰਗ ਦਾ ਪੀਰੀਅਡ, ਇਹ ਵੀ ਹੋ ਸਕਦਾ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਵਕੀਲ ਸਾਹਿਬਾਨ ਵਿੱਚ ਵੀ ਗੁਜ਼ਰਦਾ ਤਾਂ ਜ਼ਰੂਰ ਸਾਨੂੰ ਉਸਦੀ ਛੋਟ ਮਿਲਣੀ ਚਾਹੀਦੀ ਹੈ। ਇਹ ਸਾਡਾ ਇੱਕ ਜੈਨੂਇਨ ਡਿਮਾਂਡ ਹੈ ਅਤੇ ਮੈਨੂੰ ਆਸ ਵੀ ਹੈ ਕਿ ਖੰਨਾ ਸਾਹਿਬ ਕਿਉਂਕਿ ਬੀਜੇਪੀ ਪਾਰਟੀ ਨਾਲ ਬਿਲੋਂਗ ਕਰਦੇ ਨੇ ਅਤੇ ਸੈਂਟਰ ਦਾ ਇਹ ਮੁੱਦਾ ਹੈ ਅਤੇ ਉੱਥੇ ਸਾਡੀ ਇਹ ਮੰਗ ਜ਼ਰੂਰ ਰੱਖਣਗੇ।